दोस्तों भावें अज असी सत समुद्रों पार कैनेडा की धरती पर पुज गए हैं अते जिंदगी के हरेक खेत्र में मल्लां भी मारियां पर पंजाब अते पंजाब दे इलाके नाल जुड़ी पहचान हमेशा याद रखना चाहते हैं। गल जेकर अजोके पंजाब की करिए ते पंजाब नूं असी माझे मालवे ते दुआबे की धरती वजों जानते हैं। बीते शनिवार एडमिंटन शहर के महाराजा बैंकट हॉल में एडमिंटन तो माझे नाल संबंधित परिवारों ने मिलकर एक प्रोग्राम आयोजित किया। इस प्रोग्राम में मझैल परिवारों तो इलावा कुछ मलवई ते कुछ दुआबी परिवारों ने भी शिरकत की, जिस विच लोक नाचा जिवें भंगड़ा ते गिद्धे राही बच्चों ने सब दे मन मोह लए। प्रोग्राम विच पहुंचे मेहमानों नूं उन्हां दे पिंडां दे नावां नाल जान पहचान कराई गई। माझा पार्टी के मुख प्रबंधकां हरजीत संधु, लाट पिंडर सिकत्तर सिंह संधु, रणजीत बाट, जसबीर सिंह गिल, मिंटू कालो, सुखवंत राय, फरियाद पन्नू, रशपाल खैरा, संदीप हुंदल ते मनजीत सिंह फिरूमन वालों आए हुए मेहमानों का स्वागत किया गया। आओ तुहानू भी इस प्रोग्राम विच लेके चलते हैं। ਜਿਹੜਾ ਗਿੱਧਾ ਐਕਚੁਅਲ 'ਚ ਇਹ ਰਮਿੰਦਰ ਕੌਰ ਹੋਣਾ ਦਾ ਟ੍ਰੇਨ ਕੀਤੀਆਂ ਹੋਈਆਂ ਕੁੜੀਆਂ ਨੇ ਸਾਡੇ ਨਾਲ ਟੀਚ ਕਰਦੇ ਨੇ ਰਮਿੰਦਰ ਕੌਰ ਭੈਣ ਹੋਣੀ ਨੇ ਅਤੇ ਬਹੁਤ ਸੋਹਣਾ ਗਿੱਧਾ ਟੀਚ ਕਰਦੇ ਨੇ ਅਤੇ ਮਨਿੰਦਰ ਤੋਂ ਬਿਨਾਂ ਇਹ ਗਿੱਧਾ ਪੈ ਨਹੀਂ ਸਕਦਾ ਐਕਚੁਅਲ 'ਚ। ਓਨੈਸਟਲੀ ਮੈਂ ਤੁਹਾਨੂੰ ਦੱਸਦਾ ਵੀ ਇਹ ਅਕੈਡਮੀ ਰਾਣੀ ਨਹੀਂ ਹੋ ਸਕਦੀ ਜੇ ਹਸਬੈਂਡ ਵਾਈਫ ਇੱਕ ਦੂਜੇ ਨੂੰ ਸਪੋਰਟ ਨਾ ਕਰਨ। ਜਿੰਨੀਆਂ ਵੀ ਡਰੈਸਿਸ ਔਡਰ ਕਰਦੇ ਹਾਂ, ਡਰੈਸਿਸ ਪ੍ਰਪੇਅਰ ਕਰਦੇ ਹਾਂ, ਡਰੈਸਿਸ ਨੂੰ ਜਾਂ ਟੀਮ ਨੂੰ ਔਰਗਨਾਈਜ਼ ਕਰਨਾ, ਕੁੜੀਆਂ ਰੈਡੀ ਕਰਨੀਆਂ, ਉਹ ਸਭ ਮਨਿੰਦਰ ਕਰਦੀ ਹੈ ਜੀ। ਮੈਂ ਤਾਂ ਸਿਰਫ ਸਮਝ ਲਓ ਵੀ ਮੁੰਡਿਆਂ ਵਾਲੇ ਨੂੰ ਮੁੰਡਿਆਂ ਨੂੰ ਤਿਆਰ ਕਰ ਸਕਦਾ ਜਾਂ ਫਿਰ ਮੈਂ ਤਿਆਰ ਹੋ ਕੇ ਆਪ ਆ ਸਕਦਾ। कर सके इस साल अही फिर यह उपराला किया तो सहयोग के बिना यह संभव नहीं गा। तुम ऑर्गेनाइज हों और दो शख्स जिमें हूँ गुरसेवक सिद्धू और मनजीत सिंह एक कल्चर प्रोग्राम लैके आते हैं, कल्चर को प्रमोट कर रहे हैं और साडा भी सहयोग कर रहे हैं
ਸਾਡੇ ਇਸ ਪ੍ਰੋਗਰਾਮ 'ਚੋਂ ਬਹੁਤ ਵਧੀਆ ਰੰਗ ਵੱਧ ਕੇ ਗਏ ਨੇ ਔਰ ਦੋ ਤਿੰਨ ਆਈਟਮਾਂ ਹੋਰ ਵੀ ਹੈਗੀਆਂ ਨੇ ਜਿਹੜਾ ਕਿ ਸਾਡੇ ਪ੍ਰੋਗਰਾਮ ਨੂੰ ਹੋਰ ਵਧੀਆ ਬਣਾਉਣਾ। ਤੁਹਾਡੇ ਇੱਥੇ ਆਉਣ ਦੇ ਬਹੁਤ ਬਹੁਤ ਜਿਹੜਾ ਆਪਣੇ 2 ਸਾਲ ਬ੍ਰੇਕ ਰਹੀ ਆ ਆਪਾਂ ਇਹ ਪ੍ਰੋਗਰਾਮ ਨਹੀਂ ਕਰ ਸਕੇ ਅਤੇ ਲੋਕ ਘਰਾਂ 'ਚ ਰਹੇ ਆ ਬੜਾ ਇਹ ਇੱਕ ਰਕਮ ਦਾ ਜਿਹੜਾ ਪਰਿਵਾਰਕ ਵਿਛੋੜਾ ਰਿਹਾ ਅੱਜ ਜਿਹੜਾ ਇਹ ਆਪਾਂ ਸਾਰੇ ਇਕੱਠੇ ਹੋ ਕੇ ਜਿਹੜਾ ਉਹ ਇੰਜੋਏ ਕਰ ਰਹੇ ਹਾਂ ਬਹੁਤ ਹੀ ਵਧੀਆ ਲੱਗ ਰਿਹਾ। ਅਤੇ ਮੈਂ ਇੱਕ ਅੱਜ ਹਜੀਤ ਹੋਣਾ ਨੂੰ ਇੱਕ ਗੱਲ ਕਹਿੰਦਾ ਰਹਿੰਦਾ ਹੁੰਦਾ ਹਾਂ ਕਿ ਆਪਾਂ ਇੱਕ ਇਹੋ ਜਿਹਾ ਸਿਸਟਮ ਕਰੀਏ ਜਿਹੜਾ ਸਾਲ ਦੇ ਵਿੱਚ ਤਕਰੀਬਨ 2 ਪ੍ਰੋਗਰਾਮ ਕਰੀਏ, ਇੱਕ ਗਰਮੀ ਵਾਲਾ ਅਤੇ ਇੱਕ ਸਰਦੀ ਵਾਲਾ। ਅਤੇ ਇਹਦੇ ਵਿੱਚ ਪੈਸੇ ਦਾ ਪ੍ਰਬੰਧ ਮੈਂ ਕਿਹਾ ਇੱਥੇ ਗੌਰਮੈਂਟ ਬਹੁਤ ਹੋਰ ਸੁਸਾਇਟੀਆਂ ਨੂੰ ਜਿਹੜਾ ਉਹ ਪੈਸੇ ਦੇਈ ਜਾਂਦੀ ਆ, ਆਪਾਂ ਵੀ ਮੈਨੂੰ ਲੱਗਦਾ ਵੀ ਆਪਾਂ ਨੂੰ ਜਲਦੀ ਹਰਜੀਤ ਹੋਣਾ ਨੂੰ ਮਾਸਟਰ ਹੋਣਾ ਨੂੰ ਕਹਿ ਕੇ ਸੁਸਾਇਟੀ ਰਜਿਸਟਰ ਕਰਾ ਕੇ ਆਪਾਂ ਕਲਚਰ ਜਿਹੜਾ ਵਾ ਉਹ ਗਰੰਟਾ ਲਿਆ ਕਰਾਂਗੇ ਸਿੱਧਾ ਦੂਜੇ ਲਫਜ਼ੇ ਦੇ ਵਿੱਚ। ਅਤੇ ਹੁਣ ਮਹਾਰਾਜ ਦੀ ਕਿਰਪਾ ਨਾਲ ਇਹੋ ਜਿਹੀ ਗੱਲ ਨੀਗੀ, ਆਪਣੀ ਬੀਬੀ ਬਣੀ ਪ੍ਰੀਮੀਅਰ, ਆਪਣੀ ਹੁਣ ਸਿੱਧੀ ਗੱਲ ਆ ਉਹਨਾਂ ਨਾਲ, ਅਤੇ ਆਪਾਂ ਨੂੰ ਹੁਣ ਆਪਣੀ ਜਿਹੜੀ ਗ੍ਰਾਂਟ ਹੈ ਆਪਣੀ ਕੋਈ ਇਹੋ ਜਿਹੀ ਗੱਲ ਨਹੀਂ ਹੋਗੀ, ਇਹ ਜ਼ਰੂਰ ਬਣਾਉਂਗੀ।